ਆਜੀ ਸਾਸਤਰੀ ਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਅਣਖ ਦੇ ਨਾਲ ਤੇ ਅੱਜ ਆਪਾਂ ਜਿਹੜੇ ਮੇਰੇ ਵੀਰ ਨਵੇਂ ਫੇਸਬੁੱਕ ਚਲਾਉਣ ਲੱਗੇ ਐ ਤੇ ਮਿਹਨਤ ਕਰਦੇ ਐ ਕਈ ਵਾਰ ਕੁਝ ਇਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਐ ਤੇ ਮੁੜ ਕੇ ਇਦਾਂ ਦੀ ਪੋਸਟ ਕਰ ਦਿੰਦੇ ਐ ਖਤਮ ਟਾਟਾ ਬਾਏ ਬਾਏ ਸਭ ਜੋ ਜ਼ੀਰੋ ਹੋ ਗਿਆ ਮੈਂ ਤਾਂ ਬਰਬਾਦ ਹੋ ਗਿਆ ਤੇ ਇਹ ੜੀ ਬਰਬਾਦ ਹੋਣ ਵਾਲੀ ਕੋਈ ਗੱਲ ਨਹੀਂ ਤੁਸੀਂ ਮਿਹਨਤ ਕਰਦੇ ਰਹੋ ਤੇ ਤੁਹਾਨੂੰ ਦੱਸ ਦਿੰਦੇ ਆ ਕਿਉਂ ਹੋ ਜਾਂਦਾ ਇਦਾਂ ਆਪਾਂ 00 ਕਿਉਂਕਿ ਇਹ ਜ਼ਿਆਦਾ ਪ੍ਰੋਬਲਮ ਆ ਰਹੀ ਜਿਹੜੀਆਂ ਆਈਡੀਆਂ ਤੋਂ ਪੇਜ ਬਣੇ ਹੋਏ ਐ ਉਹਨਾਂ 'ਚ ਪ੍ਰੋਬਲਮ ਆ ਰਹੀ ਐ ਇਹ ਜਿਹੜੀਆਂ ਆਪਾਂ ਆਪਣਾ ਰੀਅਲ ਆਈਡੀਆਂ ਆਪਣੀਆਂ ਉਹਨਾਂ ਤੋਂ ਜਿਹੜੇ ਪੇਜ ਬਣਾਏ ਹੋਏ ਐ ਉਹਨਾਂ ਤੇ ਇਹ ਦਿੱਕਤ ਆ ਜਾਂਦੀ ਐ ਕਿਉਂਕਿ ਕਈ ਵਾਰ ਆਪਾਂ ਤੋਂ ਪ੍ਰੋਫੈਸ਼ਨਲ ਮੋਡ ਹੁੰਦਾ ਜਿਹੜਾ ਉਹ ਬੰਦ ਹੋ ਜਾਂਦਾ ਜਿਸ ਦੇ ਨਾਲ ਜਿਹੜਾ ਡੈਸ਼ਬੋਰਡ ਹੁੰਦਾ ਉਹ ਜ਼ੀਰੋ ਚਲਾ ਜਾਂਦਾ ਤੇ ਇਹ ਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਤੁਸੀਂ ਮਿਹਨਤ ਕਰਦੇ ਰਹੋ ਮਿਹਨਤ ਦਾ ਫਲ ਮਿਲੂਗਾ ਜੇ ਮੈਂ ਇੰਨੀ ਮਿਹਨਤ ਮੈਂ ਵੀ ਆਪਣੀ ਆਈਡੀ ਤੇ ਕੀਤੀ ਹੁੰਦੀ ਹੋ ਸਕਦਾ ਹੈ ਅੱਜ ਮੈਂ ਵੀ ਕਿਸੇ ਮੁਕਾਮ ਤੇ ਹੋਣਾ ਸੀ ਕਿਉਂਕਿ ਮੇਰੀ ਆਈਡੀ ਬਹੁਤ ਪੁਰਾਣੀ ਹੈ ਤੇ ਆਪਾਂ ਗੰਦਮਿੰਦ ਜਿਹੜਾ ਪਾਉਂਦੇ ਲੋਕ ਉਹਨਾਂ ਤੇ ਰਿਪੋਰਟਾਂ ਬਹੁਤ ਮਾਰਦੇ ਆ ਇਸ ਆਈਡੀ ਤੋਂ ਤਾਂ ਕਰਕੇ ਇਹ ਆਈਡੀ ਚੱਲ ਨਹੀਂ ਸਕਦੀ ਕਿਉਂਕਿ ਬੈਕ ਰਿਪੋਰਟ ਵੀ ਮਾਰ ਦਿੰਦੇ ਆ ਤੇ ਆਪਾਂ ਉਸ ਚੀਜ਼ ਦਾ ਵਿਰੋਧ ਕਰਦੇ ਜਿਹੜੀ ਗਲਤ ਹੈ ਉਹ ਗਲਤ ਹੈ ਤੇ ਅੱਜ ਤੁਹਾਨੂੰ ਦਿਖਾਉਣੇ ਆ ਇਹ ਕਿਦਾਂ ਆਪਾਂ ਡੈਸ਼ਬੋਰਡ ਜਿਹੜਾ ਜ਼ੀਰੋ ਹੈਂਦਾ ਤੁਸੀਂ ਪਹਿਲਾਂ ਮੇਰਾ ਡੈਸ਼ਬੋਰਡ ਦੇਖੋ ਅਦੇ ਕੁ ਮਾਈਨਸ ਚੱਲ ਰਿਹਾ ਕਿਉਂਕਿ ਮੈਂ ਤੇ ਬਹੁਤ ਘੱਟ ਪਾਉਣਾ ਹੈ ਪੋਸਟਾਂ ਤੇ ਇਹ ਹੁਣ ਆਪਾਂ ਦੇਖੋ ਬਿਲਕੁਲ ਮਾਈਨਸ ਚੱਲ ਰਿਹਾ ਸਾਰਾ ਕੁਝ ਨਾ ਇਹ 7000 ਦਿਖਾਈ ਦੇ ਰਿਹਾ 827 ਦੇ ਰਿਹਾ 5 ਦੇ ਰਿਹਾ 19 ਇਹ ਹੁਣ 0 ਹੋ ਜਾਣਗੇ ਕਿੱਦਾਂ ਹੋਣਗੇ 0 ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਕੋਈ ਆਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਅਸੀਂ ਤੁਸੀਂ ਦੇਖ ਸਕਦੇ ਹੋ ਆਪਣਾ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਡੈਸ਼ਬੋਰਡ ਆਪਣਾ ਇਹ ਚ ਹੁਣ ਕੀ ਕੁਝ ਦਿਖਾਈ ਦੇ ਰਿਹਾ ਇਹ ਆਪਾਂ ਕਈ ਵਾਰ ਕੀ ਗਲਤੀ ਕਰਦੇ ਆ ਜਦੋਂ ਆਪਾਂ ਆਪਣੀ ਪ੍ਰੋਫਾਈਲ ਚ ਇਦਾਂ ਤਿੰਨ ਬਿੰਦੂ ਤੇ ਜੰਨੇ ਸੈਟਿੰਗ ਤੇ ਜੰਨੇ ਇਹ ਤੇ ਲਾਸਟ ਤੇ ਹੁੰਦਾ ਤੁਹਾਡਾ ਅਕਾਊਂਟ ਪੇਸ਼ੇਵਰ ਮੂਡ ਬੰਦ ਹੈ ਜਾਂ ਆਫ ਹੈ ਤੋਂ ਇੰਗਲਿਸ਼ ਚ ਕਈ ਵਾਰ ਆਪਾਂ ਨੂੰ ਸਮਝ ਨਹੀਂ ਆਉਂਦੀ ਜਿਵੇਂ ਹੁਣ ਮੇਰਾ ਪੇਸ਼ੇਵਰ ਮੂਡ ਨੂੰ ਬੰਦ ਕਰੋ ਲਿਖਿਆ ਹੋਇਆ ਹੈ ਇਹਨਾਂ ਨੇ ਤੇ ਇੰਗਲਿਸ਼ ਚ ਆਫ ਲਿਖਿਆ ਤਾਂ ਆਪਾਂ ਨੂੰ ਸੋਚਦੇ ਆਂ ਆਫ ਹੈ ਯਾਰ ਆਪਾਂ ਆਨ ਕਰ ਦਈਏ ਨਾ ਤੇ ਆਪਾਂ ਇਹਨੂੰ ਇਦਾਂ ਕਲਿੱਕ ਕਰ ਦਿੰਨੇ ਆਂ ਇਹ ਦੇਖੋ ਪੇਸ਼ੇਵਰ ਮੂਡ ਨੂੰ ਬੰਦ ਕਰੋ ਆਪਾਂ ਇਹ ਬੰਦ ਕਰ ਰਹੇ ਆਂ ਤੇ ਇਹ ਬੰਦ ਹੋ ਗਿਆ ਜੀ ਟਰਨ ਆਫ ਹੁਣ ਤੁਸੀਂ ਦੇਖੋਗੇ ਮੇਰਾ ਇਹ ਲਾ ਪੇਸ਼ੇਵਰ ਮੂਡਾ ਜਾਨੀ ਕਿ ਮੇਰੇ ਦਾ ਪੇਜ ਬਣਾਇਆ ਸੀ ਉਹ ਬੰਦ ਹੋ ਚੁੱਕਿਆ ਤੇ ਆਪਾਂ ਬੈਕ ਚਲ ਕੇ ਤੁਹਾਨੂੰ ਦਿਖਾਉਣੇ ਆ ਆਪਣਾ ਡੈਸ਼ਬੋਰਡ ਤੇ ਜੋ ਕਿ ਬਿਲਕੁਲ ਜ਼ੀਰੋ ਹੋ ਚੁੱਕਿਆ ਹੁਣ ਹਾਂਜੀ ਡੈਸ਼ਬੋਰਡ ਜ਼ੀਰੋ ਹੋ ਗਿਆ ਤੇ ਆ ਰਹੀ ਗਈ ਡੈਸ਼ਬੋਰਡ ਇਹ ਤੁਹਾਡਾ ਸ਼ੋਰਟ ਪਲਉਦੀ ਨਹੀਂ ਹੈ ਕਿਉਂਕਿ ਇਹ ਆਈਡੀ ਬਣ ਚੁੱਕੀ ਹੈ ਪੇਜ ਨਹੀਂ ਹੈ ਹੁਣ ਆਪਾਂ ਜਦੋਂ ਨੂੰ ਆਨ ਕਰਾਂਗੇ ਡੈਸ਼ਬੋਰਡ ਨੂੰ ਪ੍ਰੋਫੈਸ਼ਨਲ ਮੂਡ ਨੂੰ ਆਨ ਕਰਦੇ ਹੁਣ ਆਪਾਂ ਇਹ ਕਈ ਵਾਰ ਆਪਾਂ ਨੂੰ ਗਲਤੀ ਨਾਲ ਆਨ ਹੋ ਹੋ ਜਾਂਦਾ ਮੂਡ ਹੁਣ ਚਾਲੂ ਕਰ ਰਹੇ ਆ ਆਪਾਂ ਦੇਖੋ ਆਨ ਕਰ ਰਹੇ ਆ ਟਰਨ ਆਨ ਇਹ ਨਵੇਂ ਸਿਰੇ ਤੋਂ ਸਟਾਰਟ ਹੋ ਜਾਂਦਾ ਹੈ ਇਸ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਕਈ ਬੰਦੇ ਦਿਲ ਛੱਡ ਜਾਂਦੇ ਮੇਰਾ ਤਾਂ ਯਾਰ ਡੈਸ਼ਬੋਰਡ ਹੀ ਜ਼ੀਰੋ ਹੋ ਗਿਆ ਦੇਖੋ ਮੇਰਾ ਹੁਣ ਜ਼ੀਰੋ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਪੌਂਚ ਪੂਂਚ ਸਾਰੀ ਮਾਈਨਸ ਪਲੱਸ ਜ਼ੀਰੋ ਹੋ ਗਿਆ ਸਾਰਾ ਕੁਝ ਤੇ ਹੁਣ ਨਵੇਂ ਸਿਰੇ ਤੋਂ ਇਥੋਂ ਸਟਾਰਟ ਹੋ ਜੂਗਾ ਪਰ ਜਿੰਨੀ ਆਪਾਂ ਮਿਹਨਤ ਕੀਤੀ ਹੈ ਉਹਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਵਿੱਚ ਮਿਹਨਤ ਦੇ ਸੇਵ ਹੀ ਰਹਿੰਦੀ ਆਪਣੀ ਤੇ ਤੁਸੀਂ ਐਵੇਂ ਘਬਰਾਇਆ ਨਾ ਕਰੋ ਇਹ ਡੈਸ਼ਬੋਰਡ ਇੱਕ ਮਾੜੀ ਮੋਟੀ ਗਲਤੀ ਨਾਲ ਆਪਣੀ ਨਾਲ ਮਾਈਨਸ 0 ਜਿਹਾ ਹੋ ਜਾਂਦੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਮਿਹਨਤ ਕਰਦੇ ਰਹੋ ਤੇ ਇੱਕ ਮੇਰਾ ਫਰੈਂਡ ਸੀਗਾ ਜਿਹਨੇ ਜਿਵੇਂ ਮੈਨੂੰ ਦੱਸੀ ਗਿਆ ਉਹ ਕਰੀ ਗਿਆ ਤੇ ਅੱਜ ਵਧੀਆ ਕਮਾਈ ਕਰ ਰਿਹਾ ਉਹ ਕਿਉਂਕਿ ਉਹਦੀ ਆਈਡੀ ਨਵੀਂ ਸੀਗੀ ਮੇਰੀ ਆਈਡੀ ਪੁਰਾਣੀ ਸੀ ਤਾਂ ਹਰ ਕੇ ਮੈਨੂੰ ਇਹ ਤਾਂ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਇਆ ਤੇ ਚਲੋ ਕਿਸੇ ਦਾ ਫਾਇਦਾ ਹੋਇਆ ਇੱਕ ਤਾਂ ਇਹ ਤੇ ਗਾਣਾ ਲਾ ਕੇ ਵੀਡੀਓ ਨਾਲ ਪਾਓ Ориجنਲ ਕੰਟੈਕਟ ਪਾਓ ਆਪ ਦਾ ਤੇ ਪੋਸਟਾਂ ਕਰਦੇ ਰਹੋ ਡੇਲੀ ਫੋਟੋ ਪਾਉਂਦੇ ਰਹੋ ਸ਼ੇਅਰ ਕਰਦੇ ਰਹੋ ਤੇ ਮੇਰੀਆਂ ਵੀਡੀਓ ਵੀ ਜਰੂਰ ਸ਼ੇਅਰ ਕਰਿਆ ਕਰੋ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕੇ ਸ਼ੇਅਰ ਕਰ ਦਿਓ ਬਾਕੀ ਖਬਰਾਂ ਵਾਲੀ ਕੋਈ ਲੋੜ ਨਹੀਂ ਹੋਰ ਵੀ ਇਦਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਦਿੰਦੇ ਰਵਾਂਗੇ ਬਣੇ ਰਹੋ ਅਣਖ ਦੇ ਨਾਲ ਤੇ ਸਤਿ ਸ੍ਰੀ ਅਕਾਲ